ਸ਼੍ਰੀਕਾਲ ਜੀ, ਕੀ ਹਾਲ ਚਾਲ ਸਾਰਿਆਂ ਦਾ? ਆਈ ਹੋਪ ਤੁਸੀਂ ਸਾਰੇ ਜਿਹੜੇ ਠੀਕ ਠਾਕ ਹੋਵੋਗੇ। ਦੋਸਤੋ, ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਆ, ਕਿਉਂਕਿ ਅੱਜ ਅਸੀਂ ਐਕਸਪੈਰੀਮੈਂਟ ਨਹੀਂ ਕਰਨਾ, ਕੋਈ ਗਾਂਢ ਮੰਗਾ ਨਹੀਂ ਕਰਨਾ। ਅੱਜ ਅਸੀਂ ਚੱਲੇ ਹਾਂ ਟ੍ਰਿਪ 'ਤੇ, ਮਨਾਲੀ ਟ੍ਰਿਪ 'ਤੇ, ਅਤੇ ਤੁਹਾਨੂੰ ਉੱਥੇ ਘੁਮਾਉਂਦੇ ਹਾਂ, ਫਿਰਾਉਂਦੇ ਹਾਂ। ਵੀਡੀਓ ਇੰਜੋਏ ਕਰਿਓ, ਤੁਸੀਂ ਵੀ ਨਾਲ ਸਾਡੇ ਸੰਗਤ ਦੇਖ ਲਓ ਬੈਠੀ ਆ। ਹੈਲੋ ਕਰੋ ਮੁੰਡਿਓ, ਅਤੇ ਸੋਨੇ ਜੀ ਹੋ ਗਏ ਬਹਿ ਗਏ ਇੱਧਰ ਈਸ਼ੂ ਬਾਬਾ ਨਾਲ। ਹੈਲੋ ਜੀ, ਜੈ ਹੋ, ਜੈ ਵੀਰਾ ਜੀ, ਜੈ ਵੀਰਾ ਜੀ। ਜੇਠਾ ਵੀਰਵਾਰ ਆ ਜੀ ਅੱਜ, ਸਾਰਾ ਮੁਬਾਰਕ ਅਦਾ ਕਾਲ। ਵਾਲੇਕੁਮ ਸਲਾਮ। ਥੋੜ੍ਹੀ ਜਿਹੀ ਵੀਡੀਓ ਲੇਟ ਹੋ ਗਈ, ਥੋੜ੍ਹੇ ਜਿਹੇ ਪਾਰਟ ਤੋਂ ਕੱਟ ਹੋ ਗਏ ਆ, ਤਾਂ ਕਰਕੇ ਦੁਬਾਰਾ ਲੱਗੇਗਾ। ਨਹੀਂ, ਸਾਨੂੰ ਸ਼ੁਰੂ ਤੋਂ ਦਿਖਾਉਣੀ ਸੀ ਵੀਡੀਓ, ਲਾਈਕ ਕਰ ਦਿਓ ਜੇ ਵਧੀਆ ਲੱਗੀ, ਅਤੇ ਬਾਕੀ ਸਾਨੂੰ ਉੱਥੇ ਦਾ ਨਜ਼ਾਰਾ ਦਿਖਾਉਂਦੇ ਆ, ਕਦ ਪਹੁੰਚੇ ਉੱਥੇ, ਕਦ ਨਹੀਂ, ਕਿਆ ਸਾਡਾ ਖਰਚਾ ਖੁਰਚਾ ਦਾ, ਸਭ ਸਾਨੂੰ ਲੈਟਰ ਬਟਨ ਦਿਖਾ ਲਾਂਗੇ ਜੋ ਵੀ ਹੋਇਆ ਉੱਥੇ। ਵੀਡੀਓ 'ਚ ਬਣੇ ਰਹੋ। ਲਓ ਜੀ, ਸਾਡੇ ਸਰਦਾਰ ਜੀ ਤੁਹਾਡੇ ਵਿਚਕਾਰ ਪਹੁੰਚ ਗਏ ਨੇ। ਬਿੱਲੂ ਮੋਰੀ ਮਨਾਲੀ ਚੱਲੀ ਇਕੱਠੀ ਹੋ ਕੇ, ਜੇ ਕੋਈ ਮੇਰੇ ਵੀਰ ਭਾਈ ਨੇ ਜਾਣਾ ਹੋਵੇ, ਨਹੀਂ ਜਾਣਾ ਨਹੀਂ, ਬੰਦੇ ਅੱਗੇ ਪੂਰੇ ਆ, ਕੋਈ ਸੇਵਾ ਪਾਣੀ ਦੇਣੀ ਦੇ ਸਕਦਾ। ਜਾਣਾ ਹੋਵੇ ਹੁਣ, ਏਦਾਂ ਦੇ ਸਾਲੇ ਮੁੱਕਰੇ ਜਾਂਦੇ ਖੜੇ ਪੈਰ, ਸੇਵਾ ਪਾਣੀ ਕਰਾਂਗੇ ਜਾ ਕੇ ਨਾਲ। ਬਾਬਾ ਜੀ, ਇਹ ਉਹ ਲੰਡੂ ਬੰਦਾ ਜਿਹੜਾ ਬੰਦੇ ਸਾਰੇ ਤਿਆਰ ਕਰਕੇ ਐਂਡ ਤੇ ਆਪ ਮੁੱਕਰ ਜਾਂਦਾ, ਆਪਣੀ ਹੁਣ ਗੱਡੀ ਇੱਥੋਂ ਚੱਲ ਪਈ ਆ ਜੀ। ਅਸੀਂ ਹੁਣ ਆਪਣੇ ਮਨਾਲੀ ਨੂੰ ਰਵਾਨਾ ਹੋ ਗਈਆਂ ਆ ਗੱਡੀਆਂ ਸੰਗਤਾਂ, ਚਾਲਾ ਚੱਲ ਪਿਆ ਮਨਾਲੀ ਦਾ। ਆਹੋ, ਚਾਲਾ ਬਾਬੇ ਦਾ ਵੀ ਚੱਲਣੇ ਵਾਲਾ ਨਾ ਹੁਣ, ਮੋਰੇ ਆਪਣੇ ਬਾਬਾ ਜੀ ਦਾ ਚਾਲਾ ਚੱਲ ਪੈਣਾ, ਪੌਣਾ ਹਾਰੀ ਦਾ, ਜਾਨੂੰ ਨੀਸ਼ ਹੁਣੀ ਚੱਲ ਪੈਣਾ ਭੈਣ ਬਾਹਰ ਨੂੰ। ਲਓ ਜੀ, ਰੱਬੀ ਨੂੰ ਹਾਰੇ ਦਰਸ਼ਨ ਕਰੋ, ਆਰਾਮ ਦੀਆਂ ਰੂਹਾਂ ਸਾਰੀਆਂ। ਇੱਕ ਉਹ ਪਿੱਛੇ ਬਿਠਾ ਲਈ, ਛੇਲੀ ਛੇਲੀ ਬਿਠਾ ਲਈ, ਉਹਦੇ ਆਲੂ ਆ ਹੁਣ ਤੁਹਾਡੇ ਕੋਲ ਜਾਣਾ, ਉਹਦੇ ਆਲੂ ਭੈਣ ਨੂੰ ਕੱਲਾ ਹੀ ਪੈਪ ਲਾ ਕੇ ਕੱਟਵਾ ਦੇ ਆਲੂ। ਸਾਡੇ ਸਰਦਾਰ ਆਹ ਦੇਖ ਲਓ ਜੀ, ਗੱਲ ਮੈਂ ਗੁੰਗਾ ਆ, ਭੈਣ ਦੇ ਤਾਂ ਇਸ਼ਾਰੇ ਨਾ ਸਮਝਾਉਂਦਾ, ਹੁਣ ਬੋਲਦਾ ਹੈਗਾ। ਸਾਨੂੰ ਵੀ ਇਹ ਰਾਸਤੇ ਦਾ ਪਤਾ ਨੀ ਹੈਗਾ ਮਨਾਲੀ ਦਾ, ਅਸੀਂ ਵੀ ਪਹਿਲੀ ਵਾਰ ਚੱਲੇ ਆ। ਪਿਛਲੀ ਵਾਰ ਸਾਡਾ ਮਨਾਲੀ ਦਾ ਟੂਰ ਸੀ, ਮਨਾਲੀ ਦਾ ਲੇਹ ਲਦਾਖ ਦਾ, ਉਦੋਂ ਉੱਥੇ ਲੈਂਡਸਲਾਈਡਿੰਗ ਹੋ ਗਈ ਸੀ, ਅਤੇ ਤਾਂ ਕਰਕੇ ਅਸੀਂ ਨਿਕਲ ਗਏ ਸੀ ਨੈਣੀਤਾਲ ਨੂੰ, ਅਤੇ ਐਤਵਾਰ ਅਸੀਂ ਪੱਕਾ ਮਨ ਬਣਾ ਕੇ ਚੱਲੇ ਮਨਾਲੀ ਨੂੰ, ਅਤੇ ਫਿਰ ਦੇਖਦੇ ਹਾਂ ਰਾਸਤਾ ਰੂਟਾ, ਸਾਨੂੰ ਠੀਕ ਠਾਕ ਪਤਾ, ਬਾਕੀ ਮੈਪ ਲਾਣੇ ਗਾ, ਉਦੋਂ ਅਮਨ ਗਿਆ ਪਹਿਲਾਂ, ਅਮਨ ਨੂੰ ਜ਼ਿਆਦਾ ਪਤਾ ਪੈਣ ਨਾਲੋਂ ਜ਼ਿਆਦਾ, ਅਤੇ ਬਾਕੀ ਫਿਰ ਉੱਪਰ ਨੂੰ ਦੇਖਦੇ ਹਾਂ ਉੱਧਰ ਲੇਹ ਲਦਾਖ, ਜੇ ਉੱਥੇ ਰਾਹ ਖੁੱਲਿਆ ਹੋਇਆ ਉੱਥੇ ਚੱਲਾਂਗੇ, ਬਾਕੀ ਦਿਖਾਉਂਦੇ ਤੁਹਾਨੂੰ ਵੀਡੀਓ ਦੇ ਵਿੱਚ। ਉਹ ਜੀ ਬਾਬਿਓ, ਰੋਪੜ ਅਸੀਂ ਲੰਘ ਗਏ ਹਾਂ, ਰੋਪੜ ਪਹੁੰਚ ਗਏ ਅਸੀਂ, ਸਾਬਰਕੋਟੀ ਦੇ ਗਾਣੇ ਲਾ ਲਏ ਨੀਸ਼ੂ ਨੇ, ਅਤੇ ਇੱਕ ਹੋਰ ਨੀਸ਼ੂ ਨੂੰ ਵਧਾਈਆਂ ਹੋ ਗਈਆਂ, ਬਾਹਰਲਾ ਬਣ ਗਿਆ ਨੀਸ਼ੀ ਦਾ, ਦੇਖੋ ਕੈਸੇ ਦੇ ਮਨਾਲੀ ਜਾ ਕੇ ਭਾਅ ਖੋਲ੍ਹਣੇ ਸੀ, ਹੁਣ ਚੱਲਾ ਮੁੰਡਾ ਕਨੇਡਾ ਨੂੰ, ਖਰਚਾ ਕਹਿੰਦਾ ਹੁਣ ਸਾਰਾ ਮੈਂ ਚੱਕਣਾ, ਸਾਰੀ ਟ੍ਰਿਪ ਦਾ ਜਿੰਨਾ ਵੀ ਹੋਇਆ,
ਗੱਡੀ ਟੈਂਕੀ ਪਹਿਲੇ ਫੁੱਲ ਕਰੀ ਅਸੀਂ, ਹੁਣ ਅਗਲੀ ਇਹਨੇ ਕਰਨੀ ਆ। ਪਾਰਟੀ ਹੋ ਗਈ, ਡਬਲ ਪਾਰਟੀ ਹੋ ਗਈ ਹੁਣ ਇਹਦਾ ਲੀਜੂ ਵੱਲ, ਪਹਿਲਾਂ ਬਾਹਰ ਜਾਣ ਦੀ ਹੁਣ ਬਾਹਰਲਾ ਬਣ ਗਿਆ ਇਹਦਾ। ਸੋ ਇਹਨੂੰ ਵਧਾਈਆਂ ਦਿਓ ਸਾਰੇ ਕਮੈਂਟਾਂ 'ਚ ਇਹਨੂੰ ਆ। ਬਾਕੀ ਅਸੀਂ ਇਹਦਾ ਕਿਊ ਆਰ ਕੋਡ ਵੀ ਪਾ ਦੇਵਾਂਗੇ, ਥੋੜ੍ਹੇ ਪੈਸੇ ਵੀ ਕਰਨੇ ਆ, ਉਹ ਵੀ ਪਾ ਦਿਓ ਮਾਰਾ, ਕਰ ਦਿਓ ਬੇਨਤੀ। ਸਤਿ ਸ਼੍ਰੀ ਅਕਾਲ ਜੀ, ਪੈਸਿਆਂ ਦੀ ਬੇਨਤੀ ਕਰ ਦਿਓ ਮਾਰਾ। ਚੱਲ ਕਨੇਡਾ ਵੀ ਪੈਸੇ ਲੱਗਦੇ ਆ, ਉੱਥੇ ਪੜ੍ਹ ਕੇ ਜਾਣੇ ਪੈਂਦਾ। ਸੋ ਕਰ ਦਿਓ ਕਿਰਪਾ, ਮੁੰਡੇ ਦੇ ਮੁੰਡੇ ਦਾ ਪਿੰਡ ਹੈਗਾ ਦਰੀਆਪੁਰ, ਜੇ ਕਿਸੇ ਨੇ ਘਰ ਜਾ ਕੇ ਦੇਣਾ ਘਰ ਜਾ ਕੇ ਦੇ ਸਕਦੇ, ਚਾਹ ਪੀਏ। ਇੱਕ ਇਹਦੀ ਮਾਂ ਦੀ ਛਿੱਕੀ ਇਹਦੀ ਬੱਸ ਵਾਲੇ ਦੀ, ਫੜੀ ਮਾਂ ਮੋਹਰੇ ਕਰੀ ਜਾਂਦੇ, ਮੈਂ ਕਾਹਨੂੰ ਕਾਹਨੂੰ ਓੜਵਾਂ ਗੇਰ ਪਾਉਣਾ। ਕਿਉਂ ਹੇਲਾ ਡਾਲਾ ਨਾ। ਹੋ ਜੀ ਦੋਸਤੋ, ਪਹਾੜ ਸ਼ੁਰੂ ਹੋ ਗਏ ਜੀ, ਹੁਣ ਹੁਣ ਗੱਡੀ ਚਾਬੀ ਘੱਟ ਕੇ ਚੜ੍ਹਨਾ ਐ, ਇੱਥੇ ਰੱਖ ਕਾਹ ਦੇ ਘੱਟ ਬਣੇ ਹੋਏ ਆ ਪਲਟੀਨਾ ਵਾਲਿਆ, ਮੈਕ ਵੀ ਚਲਾਉਂਦੇ ਆ, ਮਤਲਬ ਪਹਾੜ ਮੁੱਕ ਵੀ ਗਏ, ਇੱਕੋ ਜੀ ਘਾਟੀ ਹੀ ਚੜੀ ਉਹ ਜਾਏ ਬੜਾ ਚੜਿਆ ਘਾਟੀਆਂ ਦਾ। ਉਹ ਜੀ ਦੋਸਤੋ ਆ ਦੇਖੋ, ਇੱਕ ਆਪਣਾ ਟਿਕਾਣਾ ਆ ਗਿਆ, ਕੁਛ ਸਮਾਨ ਲੈ ਲਈਏ ਆਪਣੇ ਲਈ, ਉੱਥੋਂ ਮਿਲਣਾ ਨਹੀਂ ਮਨਾਲੀ ਨੂੰ। ਸਾਨੂੰ ਪੁੱਛ ਕੇ ਤੁਸੀਂ ਬਕਾਟ ਹੀ ਹੈਗੀ ਲੈਮਨ। ਆਹ ਦੇਖ ਲਓ ਦੋਸਤੋ, ਪਹਾੜੀ ਬਾਰਾ ਸਿੰਘ ਇਹਨਾਂ ਨੂੰ ਰੰਗੀ ਤੇ ਆਇਆ, ਇਹ ਤਾਂ ਇਹ ਸਿੰਘ ਲੜਾਈਆਂ ਕਰਕੇ ਵੀ ਤੋੜ ਗਏ, ਸਿੱਧੇ ਰਹਿ ਗਏ ਇਹਨਾਂ ਦੇ। ਅਗਲੇ ਜਨਮ ਮੈਂ ਭਗਵਾਨ ਤੁਮੇ ਸੂਰ ਬਣਾਏਗਾ। ਲੋ ਜੀ ਦੋਸਤੋ, ਪਹਿਲਾ ਟਨਲ ਆ ਗਿਆ ਆਪਾਂ ਮਨਾਲੀ ਦਾ, ਹਾਏ ਪਹਿਲੀ ਵਾਰ ਜ਼ਿੰਦਗੀ ਜਿੱਧਰ ਆਉਣ ਲੱਗਾ ਹੈ ਇੱਥੇ। ਉਹ ਸਾਡੀ ਭੈਣ ਨੂੰ ਆਵਾਜ਼ ਕਰਦੀ ਹੁੰਦੀ ਓਏ, ਉਹ ਪੱਖੇ ਚੱਲਦੇ ਪੱਖੇ, ਉਹ ਸਾਰੇ ਗੱਡੀ ਦੀ ਲੈਟਾਂ ਹੀ ਜਾਗਦੀਆਂ, ਮੈਂ ਇਹਨਾਂ ਕੋਲ ਜਿੰਨੀ ਦਾ ਸ਼ੀਸ਼ੇ ਲਾ ਗੱਡੀ ਦੇ, ਭੈਣ ਨੂੰ ਆਵਾਜ਼ ਵੱਧ ਗਈ, ਮਾੜਾ ਬੰਦਾ ਡਰ ਜੂ ਇੱਥੇ ਭੈਣ ਚੋ। ਮਾਹੌਲ ਜਹਾਂ ਪਰ ਬਣ ਚੁੱਕਾ ਹੈ, ਉਹ ਸੀਟ ਨਹੀਂ ਪੀਣੀ ਕਹਿੰਦੇ ਇੱਥੇ, ਉਹਦੇ ਸੀਟ ਦਾ ਹੀ ਆ। 60 ਕਿਲੋਮੀਟਰ ਸਪੀਡ ਲਿਮਿਟ ਆ ਗਈ ਹੈ ਜੀ, ਕੈਮਰੇ ਲਾਪੇ ਇੱਥੇ ਵੱਜਣ। ਪੱਖੇ ਦਿਖਾ ਦੋਸਤੋ, ਪੱਖੇ ਦੇਖੋ ਆ, ਐਗਜ਼ੋਸਟ ਲੱਗੇ ਹੋਏ ਜਿਹੜੇ ਆਪਾਂ ਕਿਚਨ 'ਚ ਲਾਈ ਦੇ ਨਾ ਧੂੰਆਂ ਕੱਢਣ ਨੂੰ, ਇਹ ਸਾਰੇ ਕੋਈ ਜ਼ਿਆਦਾ ਜਹਾਜ਼ ਦੇ ਖੋਲ ਕੇ ਲਾਉਣ ਲੱਗਦੇ। ਹਾਏ ਮਸੀਂ ਸਾਹ ਸਾਹ ਰਲੇ ਇੱਥੇ ਆਈ ਜਾ, ਰੋਸ਼ਨੀ ਜੀ ਦੇਖੀ ਨਾ ਸੂਰਜ ਦੇਵਤਾ, ਅੱਜ ਪਤਾ ਲੱਗਾ ਸੂਰਜ ਦੀ ਕਿਆ ਇੰਪੋਰਟੈਂਸ ਆ ਸਾਡੇ ਜ਼ਿੰਦਗੀ ਦੇ ਵਿੱਚ। ਹਾਏ ਸ਼ੁਕਰ ਆਹ ਧੁੱਪ, ਹਾਏ ਹਾਏ ਮਸੀਂ ਆਈ ਧੁੱਪ ਭੈਣ 'ਚ। ਹੋਰ ਜੀ ਉਹ ਤਾਂ 60 ਦੀ ਲਿਮਿਟ ਇੱਥੇ ਆ ਗਈ, 60 ਤੋਂ ਬਾਅਦ ਗੱਡੀ ਚਲਾ ਸਕਦੇ ਆਪਾਂ, 60 ਦੀ ਸਪੀਡ ਲਿਮਿਟ ਆ ਗਈ ਇੱਥੇ। ਵਾਹ ਜੀ ਵਾਹ, ਕਿਆ ਮਾਹੌਲ ਆ, ਉਹ ਉੱਧਰ ਦਿਖਾ ਲੋਕੇਸ਼ਨ ਦਿਖਾ ਮਾੜੀ ਜੀ, ਬੱਲੇ ਬੱਲੇ ਬੱਲੇ। ਦੋਸਤੋ ਆਹ ਦੇਖੋ, ਆਹ ਨਾ ਮੀਟਰ ਸਪੀਡ ਦਿਖਾਉਂਦਾ, ਦਿਖਾਉਣਾ ਅਸੀਂ ਤਾਂ ਗੱਡੀ ਬਹੁਤ ਹੌਲੀ ਗੱਲ, 60 ਦੀ ਲਿਮਿਟ ਆ, ਆਹ ਸਾਡਾ ਵੀ ਦਿਖਾ ਲੂੰਗਾ। ਲਓ ਜੀ 51 ਦੀ ਸਪੀਡ ਆਈ ਸਾਡੀ, 51 ਦੀ ਸਪੀਡ ਆ ਗਈ ਜੇ ਕੱਟਣ ਨਾਲ ਹੋਰ ਆ ਗਿਆ।
ਲੋਕੀ ਪਤਾ ਕੀ ਕਰਦੇ ਜੀ, ਵਿੱਚ ਗੱਡੀ ਖਿੱਚ ਲੈਂਦੇ ਜਿੱਥੇ ਗਾ ਜਾਂਦਾ ਉੱਥੇ ਹੌਲੀ ਕਰ ਲੈਂਦੇ ਆ। ਅਸੀਂ ਤਾਂ ਜੰਮੂ 30 ਤੇ ਕਰ ਦੇਣੀ ਸੀ, ਉਹਨੇ ਕਹਿਣਾ ਬਹੁਤ ਬੀਬੇ ਮੁੰਡੇ ਆ, ਇੱਕ ਟਨ ਲਾ ਗਿਆ ਹੋਰ ਭੈਣ ਚੋ, ਇੱਥੇ ਵੀ ਆਵਾਜ਼ ਹੋਏ। ਲੋ ਜੀ ਦੋਸਤੋ, ਮਨਾਲੀ ਦੇ ਆਪਾਂ ਆਪਣੇ ਕੋਲ 150 ਮੀਟਰ ਰਹਿ ਗਈ ਆ ਭੈਣ ਚੋ, ਜਿੱਥੇ ਕੋਈ ਕੈਮਰਾ ਆਉਂਦਾ ਉੱਥੇ ਕੋਈ ਹੌਲੀ ਕਰ ਲਈਦੀ ਹੈ, ਜਿੱਥੇ ਕੋਈ ਲੰਘ ਜਾਂਦਾ ਤੇਜ਼ ਕਰ ਲਈਦੀ ਹੈ। ਬਸ ਇਹ 'ਚ ਫਸੇ ਹੋਵਾਂ, ਭੇਟ ਜਾਲ 'ਚ ਫਸ ਗਏ ਤਾਂ ਇੱਥੇ ਤੰਗ ਆ ਗਏ, ਮਾਂ 'ਚ ਲੱਤਾਂ ਲੱਗੀਆਂ ਤੇ ਹੁਣ ਕਲੱਚ ਗੇਅਰ ਪਾ ਪਾ ਕੇ ਇੱਥੋਂ ਬੰਦੇ ਨੇ ਗੱਡੀ ਐਨ ਹੌਲੀ ਕਰ ਲੈਣੀ ਆ। ਅਸੀਂ ਵੀ ਹੌਲੀ ਕਰ ਲਈ ਬੀਬੇ ਮੁੰਡਿਆਂ ਨੂੰ, ਇਹ 54 ਸਪੀਡ ਲਿਮਟ ਆ ਹੈ, ਇਹ ਇੰਨੀ ਕੁ ਲੰਘੇ ਬਸ, ਇੰਨੀ ਕੁ ਲੰਘਣ ਦੇ ਰਾਹ ਬਸ, ਜਦੋਂ ਐਂ ਰੇਸ 'ਤੇ ਪੈਦਾ ਹੋ ਜਾਂਦਾ ਜੀ। ਲੋ ਹੁਣ ਦੱਸੋ ਕਿੱਥੇ 56 ਲਿਮਟ ਗਈ, ਇਹਦਾ ਵੀ ਦੌੜ ਲੱਭ ਲਿਆ ਬੰਦਿਆਂ ਨੇ ਹੈ। ਹੈਲੋ ਕਿਆ ਇੱਥੇ ਕੈਮਰੇ ਸਾਡੇ 'ਤੇ ਵੱਜੂਗੇ, ਹੁਣ ਮਾੜੀ ਗੱਡੀ ਖਿੱਚੋ ਜੀ ਮੋਹਰੇ, ਜਦੋਂ ਫੇਰ ਲਾਈਟ ਆ ਜਾਣੀ ਆ, ਐਂ ਦੀ ਦਿਖਾ ਦੀ ਕੈਮਰੇ 'ਚ ਲਾਈਟਾਂ ਦੀ। ਸਕਰੀਨ ਲੱਗੀ ਹੋਈ, ਸਕਰੀਨ ਝੜ ਗਈ, ਇਹ ਵੀ ਸ਼ਨੀ ਦੀ ਕਰਾਉਣੀ ਸੈੱਟ। ਦੋਸਤੋ ਅਸੀਂ ਪਹੁੰਚ ਗਏ ਹਾਂ ਮੰਡੀ, ਆਹ ਗੁਰਦੁਆਰਾ ਸਾਹਿਬ ਦਿਖਾ ਦਿਓ, ਆਹ ਗੁਰਦੁਆਰਾ ਕਿਆ ਵਧੀਆ ਬਣਾਇਆ ਆ। ਮੰਡੀ ਪਹੁੰਚ ਗਏ ਜੀ, ਹੁਣ ਅਸੀਂ 100 ਕਿਲੋਮੀਟਰ ਰਹਿ ਗਈ ਬਾਟ ਤੋਂ ਮਨਾਲੀ ਨੂੰ, ਫਿਰ ਪਹੁੰਚ ਗਏ ਤੁਹਾਨੂੰ ਦਿਖਾਉਂਦੇ ਹਾਂ। ਲਓ ਜੀ 108 ਕਿਲੋਮੀਟਰ ਬਾਟ ਰਹਿ ਗਈ ਇੱਥੋਂ, ਸ਼ਾਹ ਆ ਗਈ ਆ, ਭੁੱਖ ਲੱਗੀ ਉਹਨਾਂ ਨੇ ਰੋਟੀ ਖਾਂਦੇ ਯਾਰ, ਸਵੇਰ ਤੋਂ ਤੁਰੇ ਸਾਡੇ ਸਾਹਮਣੇ ਕੁਛ ਨਹੀਂ ਖਾਧਾ ਪੀਤਾ, ਹੁਣ ਕਿਤੇ ਦੇਖਿਆ ਲੋਕੇਸ਼ਨ ਨਹੀਂ, ਮਾੜਾ ਪੰਪ ਤੋਂ ਤੇਲ ਪਵਾ ਕੇ ਗੱਡੀ 'ਚ ਫਿਰ ਤੁਰਦੇ ਹਾਂ। ਜਦੋਂ ਤੁਹਾਨੂੰ ਤੇਲ ਪਵਾ ਲਈਏ ਗੱਡੀ ਦੇ ਵਿੱਚ, ਗਾਹਾਂ ਪੈਟਰੋਲ ਪੰਪ ਨਹੀਂ ਕਹਿੰਦੇ ਮਿਲਣਾ, ਇੱਥੋਂ ਹੀ ਪਵਾ ਲਈਏ, ਤਦੇ ਰੱਛ ਪਿਆ ਇੱਥੇ, ਡੈਨਾਸੂਰ ਖੜਾ ਹੈ ਦੋਸਤੋ ਆਪਣੇ ਵਾਲੇ, ਆਪਣੇ ਵਾਲੇ। ਲਓ ਜੀ ਇੱਥੇ ਪਵਾਉਣਾ ਤੇਲ, ਟਾਂਕੀ ਕਰਾ ਲਈਏ ਫੁੱਲ, ਏਟੀਐਮ ਕਰੋ। ਦੋ ਟਕੇ ਘੜੇ ਵੈਸੇ ਤਾਂ, ਹੁਣ ਪਵਾਉਂਦੇ ਹਾਂ ਹੌਲੀ, 1400-1500 ਦਾ ਪੈਣਾ ਮੇਰੇ ਹਿਸਾਬ ਨਾਲ, 2000 ਦਾ ਕਰ ਦਿਓ ਬਈਆ, 1700 ਹੋ ਗਿਆ, 1700 ਦਾ ਪਿਆ ਜੀ, ਕੱਲ੍ਹ ਕਰਾ ਜੀ ਟੈਂਕੀ ਫੁੱਲ ਜੀ। ਆਹ ਪਹਾੜਾਂ ਦੇ ਪਿੱਛੇ ਬਰਫ਼ ਆ ਦੋਸਤੋ, ਬਾਕੀ ਰਾਸਤਾ ਸਾਰਾ ਖਰਾ ਸੀ, ਬਸ ਇੰਨਾ ਕੇ ਖਰਾਬ ਆਇਆ, ਆ ਬਣਦਾ ਪਿਆ ਵੀ ਹੁਣ ਜਿਮਨੀ ਤੋਤੇ ਬੰਨੀ ਭੈਣ ਚੋ, ਰੁਕਲਾ ਸਾਲਿਆ ਆ ਤਾਂ ਨਿਕਲਣਾ ਤੇ। ਅੱਛਾ ਇੱਧਰ ਹੈਗਾ, ਮੈਂ ਕਿਹਾ ਹੈ ਨੀ, ਤਦੇ ਹੋਰ ਨਾ ਮਾਰਦਾ। ਉਹ ਜੇਸੀਬੀ ਦਾ ਕੀ ਬਣਿਆ ਇੱਧਰ ਦੇਖੋ ਦੋਸਤੋ, ਉਹ ਜੇਸੀਬੀ ਤਾਂ ਖਤਮ ਹੀ ਹੋ ਗਈ ਇੱਥੇ, ਉਹ
ਉਪਰੋਂ ਲੈਂਡਸਲਾਈਡ ਹੋਈ ਹੋਈ ਤੇ ਉਪਰੋਂ ਸਾਲੀ ਫਿੱਸੇ ਗਈ ਭੈਣ ਚ ਉਹ ਜੀਸੀਬੀ ਦਾ ਇੰਨੇ ਮੋਟੇ ਲੋਕ ਆਹ ਹਾਲ ਹੋ ਗਿਆ ਮਾੜੀ ਗੱਡੀ ਦਾ ਕੀ ਹੋਊਗਾ ਭੈਣ ਚੋ ਕਾਗਜ਼ ਜਿਹਾ ਬਣਾਇਆ ਕਰਨਾ ਇਹਨੇ ਪਚਾਸ ਰੁਪਏ ਨੀ 60 ਰੁਪਏ ਦੇਂਗੇ ਉਹ ਆ ਗਏ ਪਹਾੜ ਚਿੱਟੇ ਦੋਸਤੋ ਉਹ ਦੇਖੀ ਬਰਫ ਦੇਖੀ ਦੋਸਤੋ ਸਕੂਲ ਦੇਖੋ ਦਰਿਆ ਚ ਬਣਿਆ ਸਰਦਾਰ ਜੀ ਦਾ ਰੋਟੀ ਪਾਣੀ ਇੱਥੇ ਖਾਈਏ ਯਾਰ ਅਸੀਂ ਵੀ ਭੁੱਖ ਲੱਗੀ ਵਾ ਉਹ ਤੋਂ ਇੱਥੇ ਕਦੇ ਹਵਾ ਚੱਲਦੀ ਠੰਡੀ ਓਏ ਹੋਏ ਹੋਏ ਨਜ਼ਾਰੇ ਬੰਨੇ ਪਏ ਆ ਬੱਗੀ ਦੇਖੋ ਆਪਣੀ ਐਨ 8x8 ਗੇਮ ਚੇਂਜਰਸ ਪ੍ਰੋ ਸਬਸਕ੍ਰਾਈਬ ਦੀ ਚੈਨਲ ਲਓ ਜੀ ਫੋਟੋ ਸ਼ੂਟ ਲੱਗਿਆ ਚੱਲ ਮੁੰਡੇ ਦੇਖੋ ਤੇ ਫੋਟੋ ਲੱਗੇ ਕਰਨ ਉਹ ਪਹਿਲਾਂ ਆਰਡਰ ਦੇ ਲਓ ਜੋ ਖਾਣਾ ਫਿਰ ਖਿੱਚੀ ਜਾਓ ਯਾਰ ਉਹ ਤੂੰ ਸਾੜਿਆ ਕੋਈ ਉਹ ਤੋਂ ਗੱਡੀਆਂ ਦੇ ਚ ਬੱਜੇ ਜਾ ਕੇ ਹੋਰ ਆ ਜਾ ਇੱਧਰ ਨੂੰ ਆ ਜਾ ਉਹ ਜੀ ਥਾਲੀਆਂ ਲੱਗ ਗਈਆਂ ਆਰਡਰ ਦੇ ਦਿੱਤਾ ਬੰਦਿਆਂ ਨੇ ਵਿਊ ਪੁਆਇੰਟ ਤੇ ਬੈਠਾ ਦੇਖੋ ਰੋਟੀ ਖਾਣ ਲਓ ਜੀ ਲੰਗਰ ਆ ਗਿਆ ਛੱਗੀ ਲਓ ਜੀ ਬਾਬੇ ਚਾਹ ਹੁਣ ਆਪਾਂ ਲਈਏ ਪੀ ਚਾਹ ਪੀਂਦੇ ਪਏ ਵੈਸੇ ਤਾਂ ਤੇ ਹੁਣ ਕਰਦੀ ਹੈ ਬੱਗੀ ਸਟਾਰਟ ਚੱਲੀਏ ਫਿਰ ਮਨਾਲੀ ਵੱਲ ਉਹ ਦੇਖ ਗਈਆਂ ਬਸ ਹੁਣ 100 ਕਿਲੋਮੀਟਰ ਬਾਅਦ ਲਓ ਜੀ ਦੋਸਤੋ ਮਨਾਲੀ ਚ ਅਸੀਂ ਐਂਟਰ ਕਰ ਗਏ ਹਾਂ 100 ਕਿਲੋਮੀਟਰ ਪਿੱਛੇ ਹਾਂ ਐਂਟਰ ਕੀਤਾ ਦੇਖੋ ਲੋਕੇਸ਼ਨ ਹੀ ਚੇਂਜ ਹੋ ਗਈ ਹਵਾ ਹੀ ਠੰਡੀ ਹੋ ਗਈ ਮਾਹੌਲ ਦੇਖੋ ਇੱਧਰ ਭਾਖੜਾ ਡੈਮ ਮਿੰਨੀ ਭਾਖੜਾ ਡੈਮ ਇੱਧਰ ਡਰ ਲੱਗਣ ਲੱਗ ਪਿਆ ਇੱਥੇ ਮੇਰਾ ਭੈਣ ਜੋ ਸਹੀ ਗੱਲ ਆ ਮੇਰਾ ਤਾਂ ਸਾਈਡ ਦੇਖਣ ਨੂੰ ਦਿਲ ਨਹੀਂ ਕਰਦਾ ਆਹ ਵੀ ਸਾਲਾ ਪੂਰਾ ਪੂਰਾ ਹੀ ਆ ਪਰੇ ਨਾ ਖੇਜ ਲਾਓ ਸਾਲੇ ਉਹ ਇਦਨ ਗੱਡੀ ਐਂ ਦੱਬੀ ਜੰਨੇ ਆ ਸਾਡੀ ਗੱਡੀ ਚੋੜੀ ਆ ਉਹਦੇ ਬਾਈਪਾਸ ਨਹੀਂ ਜਾਂਦੇ ਯਾਰ ਲੋ ਜੀ ਦੋਸਤੋ ਇੱਥੇ ਆਪਾਂ ਨੂੰ ਫੇਰ ਮਿਲ ਗਈ ਸਟੇ
ਮੋਰੇ ਉਹ ਜੇਸੀਬੀ ਲੱਗੀ ਉਹ ਭਰਨਾ ਉਹ ਟਿੱਪਰ ਜਿਹਾ ਤੇ ਹੁਣ ਇੱਥੋਂ ਸਾਲਾ ਜਾਮ ਦੇਖੋ ਸਾਡੇ ਮਾਰ ਕਿੰਨਾ ਲੱਗ ਗਿਆ ਦੇਖ ਸ਼ੀਸ਼ੇ ਦਿਖਾ ਜੇ ਦੇਖਦਾ ਬੱਸੇ ਖੜੀ ਮਗਰ ਬੱਸ ਨਹੀਂ ਇੱਧਰ ਮੈਂ ਦਿਖਾਉਣਾ ਤੇਰੇ ਸ਼ੀਸ਼ੇ ਤੇ ਦੇਖ ਲਈ ਉਹ ਤੋਂ ਦਿਖਾਉਣਾ ਮੈਂ ਇੱਧਰ ਪਿੱਛੇ ਜਾਮ ਦੇਖੋ ਉਹ ਸਾ ਪਿੱਛੇ ਦੇ ਲੱਗ ਗਿਆ ਆਪਣੀ ਗੱਡੀ ਸਭ ਤੋਂ ਪਹਿਲੇ ਨੰਬਰ ਤੇ ਹੁਣ ਇੱਧਰੋਂ ਰਾਹ ਮਿਲੂੰਗਾ ਫਿਰ ਅੱਗੇ ਜਾਵਾਂਗੇ ਲਾਗੇ ਆ ਗਏ ਥੋੜ੍ਹੇ ਜਿਹੇ ਤੋਂ ਰਹਿ ਗਿਆ ਇੱਥੋਂ ਮਨਾਲੀ 70-60 ਕਿਲੋਮੀਟਰ ਰਹਿ ਗਿਆ ਆ ਕੁੱਲੂ ਲਾ ਕੇ ਆ ਗਏ ਅਸੀਂ ਬਾਕੀ ਸਾਨੂੰ ਅਗਲਾ ਅਪਡੇਟ ਕਰਦੇ ਹਾਂ ਰੋਟੀਆਂ ਖਾ ਕੇ ਫਾਰੇ ਪਿਓ ਭੈਣ ਸਾਰਿਆਂ ਦੇ 60-120 ਉਹ ਭਰਾਵਾ ਕਾਹਨ ਟੈਨਸ਼ਨ ਲੈਣਾ ਨਹੀਂ ਲੰਘਦੇ ਅਸੀਂ ਘਰ ਦੇਖੋ ਇੱਕੋ ਠੇਕੇਦਾਰ ਨੇ ਬਣਾਇਆ ਸਾਰਾ ਹੀ ਆਹ ਦੇਖ ਲਓ ਰੰਗਾਂ ਦਾ ਫਰਕ ਆ ਭਾਂ ਦੇ ਆ ਗਈ ਓਏ ਆ ਲਾਲ ਜੇ ਸੁੱਤਾ ਪੁੱਤਾਂ ਹੁੰਦੇ ਮੰਦਰ ਉਹ ਜੀ ਬਾਬੇ ਉਹ ਪਾਣੀ ਦੇਖੋ ਸਾਈਡ ਤੇ ਇੱਥੇ ਇੱਥੇ ਹੁੰਦੀ ਜੀ ਰਾਫਟਿੰਗ ਰਾਫਟਿੰਗ ਨੂੰ ਸਾਡਾ ਕੋਈ ਬੰਦਾ ਮੰਨਿਆ ਨਹੀਂ ਕਰ ਲੈਣੀ ਸੀ ਮੈਂ ਵੀ ਨਹੀਂ ਮੰਨਿਆ ਉਹ ਦੇਖੋ ਦੋਸਤੋ ਬਰਫੀਲਾ ਪਹਾੜ ਹੁੰਦੀ ਨਾ ਆਉਣਾ ਆ ਗਏ ਹਾਂ ਜਲਦੀ ਕਿਤੇ ਚਰਨਾ ਚੱਲੇ ਅਸੀਂ ਬਾਬੇ ਦਾ ਮੌਸਮ ਹੋ ਗਿਆ ਠੰਡਾ ਮਨਾਲੀ ਆਪਾਂ ਤੋਂ ਰਹਿ ਗਿਆ 30 ਕਿਲੋਮੀਟਰ ਜੀ ਪਹਾੜੀ ਦੇ ਤੁਹਾਨੂੰ ਪਤਾ ਬਾਟ ਜ਼ਿਆਦਾ ਆ ਇੱਕ ਸਾਡਾ ਰਸਤਾ ਬਹੁਤ ਖਰਾਬ ਟ੍ਰੈਫਿਕ ਬਹੁਤ ਮਿਲਦੀ ਆ ਇੱਕ ਤੇ ਸਪੀਡ ਲਿਮਿਟ ਆ ਤਾਂ ਕਰਕੇ ਗੱਡੀ ਤੇਜ਼ ਵੀ ਚਲਾ ਸਕਦੇ ਤੇ ਵਾਸੀਆਂ ਬੰਦੇ ਲੈ ਜਾਂਦੇ ਵਿੱਚ ਸਹੀ ਗੱਲ ਆ ਸਵੇਰ ਦੇ 11 ਵਜੇ ਤੇਰੇ ਬਰਫ਼ ਆ ਦੇਖੀ ਮਾੜੀ ਝਲਕ ਕੇ ਦੇਖੀ ਜੇ ਬਰਫ਼ ਦੀ ਦੇਖ ਲਓ ਤੂੰ ਰਾਹ ਬੱਸ ਕੱਢਦਾ ਪਹਿਲਾਂ ਵੀਡੀਓ ਬੰਦ ਹੀ ਕਰ ਲਾ ਵੀਰ ਡਰਾਈਵਰੀ ਜੇ ਚੰਗਾ ਲੱਗਦਾ ਹੁਣ ਵੀਡੀਓ ਰੋਕ ਕੇ ਬਣਾ ਦੀ ਲਓ ਜੀ ਇੱਕ ਹੋਰ ਟੋਲ ਪਲਾਜ਼ਾ ਪਰ ਇੱਥੇ ਲੱਗਣਾ ਕੌਣੀ ਅੱਜ ਗੱਡੀ ਦੇ ਨਾਲ ਹੀ ਹੈ ਨਾ ਆਪਣਾ ਇੱਥੇ ਸਾਡਾ ਟੋਲ ਪਲਾਜ਼ਾ ਕੋਈ ਨਹੀਂ ਲੱਗਦਾ ਨਹੀਂ ਹੋਣੀ ਕਹਿੰਦੇ ਚਾਹ ਰੋਕੇ ਪੀਣੀ ਇਹਨਾਂ ਨੇ ਚਾਹੇ ਨਹੀਂ ਉਹ ਦੇਖੋ ਜੀ ਪਹਾੜ ਓਏ ਹੋਏ ਹੋਏ ਵਾਹ ਜੀ ਵਾਹ ਗੱਲਬਾਤ ਆ ਬੀਬਾ ਉਹਦੇ ਨਾਲ ਨਿਕਲਿਆ ਭੈਣ ਦਾ ਯਾਰਾਂ ਦੇ
ਤਾਂ ਚਾਹ ਪੀਣ ਵੇਲੇ ਰੋਕੇ ਉਹਨਾਂ ਨੇ ਵੀਡੀਓ ਜਾ ਫਿਰ ਸਿੱਧਾ ਮਨਾਲੀ ਆ ਗਈ ਬਸ ਥੋੜ੍ਹੀ ਬਾਟ ਰਹਿ ਗਈ ਹੁਣ ਉਹ ਜੀ ਬਾਬੇ ਉਹ ਪਹੁੰਚ ਗਏ ਆਪਾਂ ਮਨਾਲੀ ਹਾਂ ਦੇਖੋ ਬਰਫਾਂ ਝੱਗ ਜੀ ਬਣੀ ਭੈਣ ਬਰਫਾਂ ਦੀ ਸਹੀ ਗੱਲ ਹੈ ਸਰਫਾਂ ਨੂੰ ਸੋਤਾ ਪੋਤਾ ਬਣਿਆ ਵਾਹ ਦੇ ਆਲਟੋ ਵਾਲੀ ਕਰਦੀ ਖੜੀ ਆ ਲਓ ਜੀ ਦੋਸਤੋ ਮਨਾਲੀ ਆ ਗਏ ਦੇਖੋ ਵਾਈਟ ਪਹਾੜ ਆ ਗਏ ਜੀ ਆਪਾਂ ਮਨਾਲੀ ਹੁਣ ਆਪਾਂ ਇੱਥੇ ਰਹਿੰਦੇ ਰੂਮ ਫਿਰ ਬਾਕੀ ਗੱਲਬਾਤ ਕਰਦੇ ਹਾਂ ਰੋਇਲ ਹੋਟਲ ਸਾਡਾ ਪਹਿਲਾਂ ਹੀ ਬੰਦਾ ਅਸੀਂ ਭੇਜਤਾ ਆਪਣਾ ਭਰਾ ਸਾਡਾ ਆਇਆ ਇੱਥੇ ਪਹਿਲਾਂ ਹੀ ਆਹ ਦੇਖੋ ਬਰਫ ਜਿੱਦਾਂ ਪਲਾਸਟਰ ਕੀਤਾ ਨਾ ਏਦਾਂ ਬਰਫ ਹੋਈ ਹੋਵਾ ਹੋਟਲ ਕੀ ਆ ਮਾੜਾ ਆਪਣਾ ਦੇਖ ਲਓ ਰੋਇਲ ਹੋਟਲ ਓਏ ਹੋਏ 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 ਮੋਹਰੇ ਦੇਖੋ ਇੱਥੇ ਰੱਖ ਜੰਗੋ ਮੈਂ ਕੈਟ ਉੱਥੇ ਸੱਦਿਆ ਕਮਰੇ ਦੀ ਜੰਗੋ ਕਰਦੇ ਗੱਲਬਾਤ ਜਾ ਕੇ ਕੀਬੋ ਵੀ ਮਾਰਨੀ ਰਾਤ ਨੂੰ ਅਸੀਂ ਕੀਬੋ ਵੀ ਲਾਣੀ ਰਾਤ ਨੂੰ ਕੀਬੋ ਔਖਾ ਕਹਿੰਦਾ ਜ਼ਿੰਦਗੀ ਦਾ ਸਵਾਲ ਉਹ ਕੜਾ ਦੇਖ ਲੋ ਭੈਣ ਜਦੋਂ ਮਨਾਲੀ ਤੁਸੀਂ ਮਨਾਲੀ ਦਿਨ ਹੋ ਗਿਆ ਇੱਧਰ ਲੋ ਜੀ ਪਹੁੰਚ ਗਏ ਮਨਾਲੀ ਰੋਇਲ ਹੋਟਲ ਦੇਖੋ ਆਇਆ ਕੋਈ ਲੱਗ ਛੱਕੇ ਉਹ ਰੋਇਲ ਸਪਾ ਲਿਖਿਆ ਆ ਇਕੱਠਾ ਹੀ ਖਰੀਦੀਦਾ ਭਾਵੇਂ ਸੌਦਾ 350 ਮੀਟਰ ਆ ਅੱਛਾ 350 ਮੀਟਰ ਲੱਗ ਗਈ ਨਾ ਫਿਰ ਲੋ ਜੀ ਮਹਾਰਾਜ ਪਹੁੰਚ ਗਏ ਆਪਾਂ ਮਨਾਲੀ ਲੈਟ ਚ ਗਾਲੀਏ ਮਨਾਲੀ ਪਹੁੰਚ ਗਏ ਆ ਤੇ ਰੂਮ ਆਪਣਾ ਭਰਾ ਗਿਆ ਉੱਧਰ ਦੇਖਣ ਤੇ ਜਿੱਦੇ ਆ ਗਿਆ ਫਿਰ ਰੂਮ ਚ ਆ ਸੰਗਤ ਦੇਖੋ ਰੈਡੀ ਹੋ ਗਈ ਉਹ ਜੀਬੂ ਤੇਰਾ ਕੀ ਬਣਿਆ ਸਾਲੇ ਚੋਦੇ ਭੂ ਸੰਗੂ ਪ੍ਰੇਮੀ ਜੋੜਾ ਨਹੀਂ ਲੱਭਣਾ ਉਹੀ ਇਹ ਲੱਭ ਗਿਆ ਸਾਨੂੰ ਹਾਂ ਦੇਖੋ ਜੀ ਇੱਧਰ ਹੋਟਲ ਹੋਇਓ ਰਾਹੁਲ ਨੂੰ ਪਹਿਲਾਂ ਹੋਇਓ ਦੇਖਿਆ ਹੋਰ ਨੀ ਸਾਨੂੰ ਦੇਖਿਆ ਬਰਫ ਨੀ ਦੇਖੀ ਕਹਿੰਦਾ ਉਹ ਹੋਇਓ ਹਾਂ ਦੇਖੋ ਜੀ ਗੱਡੀ ਕਿੱਥੇ ਆਪਾਂ ਪਾਰਕਿੰਗ ਚ ਲਾ ਲੈਣੀ ਕਿਤੇ ਨਾ ਕਿਤੇ ਤੇ ਦੇਖਦੇ ਹਾਂ ਆਉਂਦੇ ਭੈਣ ਚੋ ਠੇਕਾ ਲੱਭੀ ਗਏ ਰਾਹ ਚੋ ਠੇਕਾ ਦੇਖੋ ਸਾਲਾ ਕਿੱਡਾ ਸਾਰਾ ਪੈਂਦਾ ਯਾਰ ਮਹਿੰਗੀ ਹੋਣੀ ਠੇਕਾ ਦਾ ਕਹਿੰਦਾ ਆਉਂਦੇ ਦਾਰੂ ਤਾਂ ਚੱਜ ਨੀ ਮਿਲਦੀ ਰਾਹ ਵਟਾਉ ਗਈ ਭੈਣ ਚੋ ਬੰਦਾ ਨਹਾ ਗਿਆ ਨਾ ਇੱਕ ਵਾਰ ਪੈਗ ਦੇ ਦੋ ਸੁੱਟ ਕੇ ਅੰਦਰ ਸ਼ਕਤੀ ਬਟਨ ਫੇਰ ਗੱਡੀ ਚੱਲਣੀ ਵਧੀਆ ਉਹ ਠੰਡ ਹੋਣ ਇੰਨੀ ਹੈ ਨੀ ਗੀ ਸਾਲੀ ਕਹਿਣ ਦੀਆਂ ਗੱਲਾਂ ਦੇਖੋ ਅੱਧੀਆਂ ਵਾਲੀਆਂ ਪਾਈਆਂ ਇੱਧਰ ਰਹਿੰਦੇ ਵੀ 12 ਸਿੰਘ ਜਿਹੜੇ ਖਾਧੇ ਹੋ ਨਾ ਅੰਦਰ ਖੇਡਣ ਲੱਗੇ ਹੋ ਵਾ ਨਿਸ਼ੀ ਦੇਖੀ ਪਰਚਾ ਵੀ ਨਾ ਹੋ ਜਾਓ 12 ਸਿੰਘ ਦਾ ਭਰਾਵਾ ਬੱਕਰਾ ਜੀ 12 ਸਿੰਘ ਨਹੀਂ ਸੀ ਅਸੀਂ 12 ਸਿੰਘ ਖਾਧਾ ਬੱਕਰਾ ਸੀਗਾ ਉਹ ਮੈਂ ਤਰੀ ਖਾਧੀ ਸਾਡੇ ਜਗ੍ਹਾ ਆ ਤਰੀ ਪੀਤੀ ਮੈਂ ਪੀਸ ਨੀ ਖਾਂਦਾ ਸੁੱਕਾ ਮਾਲ ਪੀਨਾ ਮੈਂ
ਇੱਧਰ ਬਰਫ ਦੇ ਤਾਂ ਭੈਣ ਚੋ ਹੈਗੀ ਆ ਤੇ ਕੀ ਹੁੰਦਾ ਕੋਈ ਬਰਫ ਦੀ ਹੋਰ ਤੇ ਗਰਮੀ ਨੂੰ ਭੈਣ ਚੋ ਤਰਸੀ ਜੀ ਤਾਂ ਬਰਫ ਨੂੰ ਸਹੀ ਗਿਆ ਨੀ ਬਾਹਰ ਵੀ ਹੈਗੀ ਹਾਂਜੀ ਰੂਮ ਖੁੱਲ੍ਹਾ ਹੀ ਆ ਬਾਈ ਰੂਮ ਖੁੱਲ੍ਹਾ ਬਾਤ ਪਹੁੰਚ ਗਈ ਹੋਰ ਜੀ ਰੂਮ ਆਪਾਂ ਲੈ ਰਿਹਾ ਪੌੜੀਆਂ ਸਾਡੀ ਭੈਣ ਨੇ ਰਾ ਬੰਦਾ ਆਇਆ ਸਾਡੇ ਕੋਲ ਕਹਿੰਦਾ ਭਾਜੀ ਸਰਵਿਸ ਸਾਨੂੰ VIP ਸਰਵਿਸ ਚਾਹੀਦੀ ਦੱਸੋ ਸਾਡੇ ਜੇ ਇੱਕ ਸਰਦਾਰ ਹੀ ਮੰਨਿਆ ਜਾ ਮੰਨਿਆ ਨਿਸ਼ੂ ਜੀ ਦਾ ਵੀਜ਼ਾ ਆਇਆ ਸਾਫ ਕੋਹਰਾ ਕਰਾਰਾ ਮਨਾ ਕਰਤਾ ਜੇ ਨਾ ਚੰਗੇ ਬੰਦੇ ਦੀ ਭੈਣ ਚੋ ਏਦਾਂ ਦੇ ਕੰਮ ਨੀ ਕਰਦੇ ਆਹ ਕੰਮ ਕਰ ਲੈਂਦੇ ਆ ਠੀਕ ਆ ਜੀ ਮਾੜਾ ਮਾੜਾ ਸ਼ੋਰ ਨਾਲ ਠੰਡ ਬਹੁਤ ਆ ਤੇ ਇੱਧਰ ਆਹ ਲੱਗਾ ਕੰਮ ਕਰਨ ਇੱਕ ਲੋ ਜੀ ਇੱਧਰ ਹੁੱਕਾ ਲੱਗੇ ਮਕਾਨ ਔਰਗੈਨਿਕ ਕੋਈ ਤੰਬਾਕੂ ਵਾਲਾ ਨਹੀਂ ਤੰਬਾਕੂ ਫ੍ਰੀ ਕੋਲੇ ਦਾ ਇੰਤਜ਼ਾਮ ਕਰੋ ਯਾਰ ਲੋ ਜੀ ਬੰਦੇ ਕਾਰਤੂਸ ਲੱਗੇ ਤਿਆਰ ਕਰਨ ਦੇਖੋ ਇੱਧਰ ਸੰਗ ਤੱਤੀ ਪੈ ਗਈ ਅਸੀਂ ਪੈਗੇ ਹੁਣ ਥੋੜੀ ਥਕਾਵਟ ਹੋਈ ਗੱਡੀ ਚਲਾ ਚਲਾ ਕੇ ਸੀਪ ਲਾਉਂਦੇ ਆ ਆਹੋ ਸੱਚ ਤਾਸ਼ ਇੱਕ ਸੂਟੇ ਦਾ ਗਸ਼ ਆ ਦਹੀਆਂ ਡੱਬੀ ਨਹੀਂ ਦੋਸਤੋ ਆਹ ਨਸ਼ੇ ਵਾਲਾ ਨਹੀਂ ਹੈਗਾ ਆਹ ਦੇਖ ਲਓ ਆਹ ਦੇਖੋ ਜੀਰੋ ਤੰਬਾਕੂ ਨੋ ਤੰਬਾਕੂ ਨੋ ਨਿਕੋਟੀਨ ਜੀਰੋ ਇਹ ਹਰਬਲ ਬਣਾਇਆ ਆ ਮਤਲਬ ਗੰਨੇ ਗੁੰਨੇ ਦਾ ਸੋਚੋ ਦਾ ਪੱਤਾ ਜਿਹਾ ਪਾਇਆ ਇਹਦੇ ਵਿੱਚ ਹਾਂ ਦੇ ਹਰਬਲ ਮੂਲਾਸ ਮੂਲਾਸ ਲਿਖਿਆ ਕੀ ਲਿਖਿਆ ਮੁਲਾਸਿਸ ਮੁਲਾਸਿਸ ਤੇ ਹਰਬਲ ਵਾਲਾ ਕੋਈ ਨਸ਼ੇ ਵਾਲਾ ਨਹੀਂ ਅਸੀਂ ਕਿਸੇ ਨੂੰ ਰੈਕਮੈਂਡ ਨਹੀਂ ਕਰਦੇ ਇਹਦਾ ਵੀ ਸ਼ੌਂਕ ਨੂੰ ਲੱਗੇ ਨਾ ਉਹਨੇ ਘੁੰਮਣਾ ਆ ਬਾਕੀ ਉਹਦੇ ਬਿੱਲੂ ਬੱਕਰੇ ਨੂੰ ਫੋਨ ਲੱਗਾ ਲੱਗਣਾ ਬਾਬੇ ਉਹ ਪੱਠਾ ਮੰਗਾਤਾ ਇੱਧਰ ਨਿਸ਼ੂ ਨੇ ਅਮਨ ਇੱਧਰ ਆਰਡਰ ਲਗਾ ਕਰਨ ਚਿਕਨ ਨੂੰ ਇੱਧਰ ਬੰਦੇ ਪੈਗ ਦੀ ਤਿਆਰੀ ਯਾਰ ਹੁਣੀ ਬਲੌਗ ਲੱਗੇ ਹੁਣ ਹਾਂ ਗੁੰਡਾ ਕਾਹਦੀ ਪੀੜਿਆ ਯਾਰ ਹੈਲੋ ਟੀਵੀ ਪੈਣ ਦੇ ਚੱਲਦੇ ਨੇ ਉਹ ਸੈਂਸਰ ਤੇ ਫੋਨ ਲਾਉਣ ਲੱਗਦਾ ਨਹੀਂ ਪਿਆ
ਭਾਜੀ ਵੀ ਮੇਰੇ ਨਾਲ ਆਇਆ, ਇੱਕ ਆਹ ਬੰਦਾ ਆਇਆ। ਕਿਆ ਉਹ ਭੈਣ ਦਾ ਘੁੰਮਣ ਕਿੱਥੇ ਆਇਓ? ਏਦਾਂ ਦੇ ਰੂਮ ਆਇਆ ਕਿ ਇੱਥੇ ਘੁੰਮਣ ਵਾਲੇ ਦਿੱਤਾ ਹੈ? ਬਾਹਰ ਦਿਖਾ ਦਿੰਦਾ, ਬਾਹਰ ਬਾਹਰ ਲੈ ਗਿਆ ਨੀਰਾ ਹੋਇਆ ਸਾਲਾ। ਇੱਧਰੋਂ ਜਾ, ਇੱਧਰੋਂ ਜਾ, ਬਾਹਰ ਇੱਧਰੋਂ ਛੋਟੇ ਨਾ ਜਿਵੇਂ ਸਾਰੇ ਹਬੀਬੀ ਤੁਸੀਂ ਕੰਮ ਜਾਤੀ ਸ਼ੂਤਰਾ ਮੇਰਾ ਨਾਂ ਲਿੱਤੀ ਸ਼ੂਤਾ ਕੋ ਬੇਟੀ ਗਾਟ ਪੜਤੀ ਗਾਟ ਪੜਤੀ ਹਬੀਬੀ ਨੋ ਹਬੀਬੀ ਅੱਲਾ ਹਬੀਬੀ ਜੀ ਗਿੱਲਾ ਗੰਦੇ ਕੰਮ ਕਰਦਾ ਪੀਨਾ ਪੀਨੇ ਅਸੀਂ ਅਸੀਂ ਸ਼ਰਾਬੀ ਬੰਦੇ ਸੈੱਟ ਹੋ ਗਏ ਨੇ। ਕਰ ਮੱਖਣ ਦਾਸ ਲੈਟਾਂ ਬੰਦ ਹੋਣੀ ਜੇ ਕੱਢ ਲੋ ਆਹ ਲੋਕ ਸਿਸਟਮ ਆ। ਚਲੋ ਚੱਲੀਏ ਆਪਾਂ ਨੂੰ ਚੱਲੋ ਜੀ ਮਾਲ ਰੋਡ ਤੇ ਘੁੰਮਣ ਮਾਲ ਸਾਲ ਦੇਖਣ ਚਾਬੀ ਦਿਖਾਣੇ ਉੱਥੋਂ ਰੌਣਕ ਮੇਲਾ ਹੋ ਗਿਆ ਲੋਕ ਸਭ ਕੁਝ ਇੱਥੇ ਚੱਲ ਰਿਹਾ ਬੰਦੇ ਸੈੱਟ ਹੋ ਗਏ ਜੀ ਸਾਡੇ। ਇੱਕ ਤਾਂ ਬੰਦੇ ਨੇ ਪੈਗ ਲਾਇਆ ਸਾਡੇ ਪਾਣੀ ਸੈੱਟ ਹੋ ਗਏ ਠੰਡੇ ਨਹੀਂ ਹਿੱਲ ਪਈ ਪਈ ਬੰਦੇ ਦੇ ਉਹਦੇ ਚਲੋ ਆਜੋ ਸਾਡੀ ਜਿਹੜੀ ਟੀਮ ਹੈ ਨੌਜਵਾਨਾਂ ਦੀ ਟੀਮ ਹੈ ਇਹ ਕਰੰਟ ਆ ਪੂਰਾ ਸਾਡੇ